ਬਿਸਮਿਲ੍ਲਾਹਿ ਰਹਿਮਾਨ ਰਹੀਮ। ਅੱਛਾ ਬਿਰਾਮੋ, ਮੈਂ ਇੱਥੇ ਆਇਆ ਹੂੰ ਜੋਈ ਮੋੜ 'ਤੇ, ਅਤੇ ਮੈਂ ਹੈ ਕਿਹਾ ਨਾ ਯਾਰ ਸਟੇਸ਼ਨ ਦੀ ਯਾਦਾਂ ਦੁਬਾਰਾ ਬਹਾਲ ਕੀਤੀਆਂ ਜਾਣ। ਬਈ ਜਿਹੜੇ ਛੋਟੇ ਛੋਟੇ ਹੁੰਦੇ ਆ ਸਨ ਸਟੇਸ਼ਨਾਂ 'ਤੇ ਜਾਂਦੇ ਬਾਂਹਦੇ ਵਾਸਤੇ, ਉੱਥੇ ਮੁੜ ਅਸਾਂ ਕਿ ਉਹਦੇ ਨਾਲ ਫਿਰਨਾ ਟੁਰਨਾ, ਹੁਣ ਹਾਲਾਤ ਤਾਂ ਹੋ ਗਏ ਬਈ ਬੰਦਾ ਹੀ ਕੋਈ ਨਹੀਂ। ਐ ਵੇਖੋ ਨਾ, ਸਟੇਸ਼ਨ ਹੈ ਬੰਦਾ ਕੋਈ ਨਹੀਂ, ਯਾਨੀ ਕਿ ਨਾ ਕੋਈ ਸਵਾਰੀ ਹੈ, ਸਟੇਸ਼ਨ ਬੰਦ ਹੋਇਆ ਪਿਆ, ਨਾ ਕੋਈ ਟ੍ਰੇਨ ਰੁਕਦੀ ਹੈ। ਕਿਹੜੇ ਪਿਆਰੇ ਮਾਹੌਲ ਹੁੰਦੇ ਹਨ ਅਗਲੇ ਜ਼ਮਾਨੇ ਦਾ ਜਿਹੜਾ ਗੁਜ਼ਰ ਗਿਆ, ਅਤੇ ਬੜਾ ਸੋਹਣਾ ਮਾਹੌਲ ਹੁੰਦਾ ਇੱਧਰ ਖਾਣੇ ਦਾ। ਉਹ ਹਰ ਚੀਜ਼ ਕੰਡਾ ਹੀ ਪਿਆ ਹੈ, ਜਿੱਥੇ ਬਾਂਹਦੀਆਂ ਹਨ ਸਵਾਰੀਆਂ ਉਹ ਹੀ ਪਈਆਂ ਨਾ, ਜਿੱਥੇ ਮੈਂ ਵੀ ਬੈਠਾ ਰਹੀ ਹਾਂ। ਐ ਨਾਲ ਟਰੈਕ ਹੁੰਦੇ ਹਨ, ਇੱਥੇ ਆ ਤਾਂ ਟ੍ਰੇਨ ਰੁਕਦੀ ਹਾਈ, ਬੜਾ ਮਜ਼ਾ ਆਉਂਦਾ ਹੈ। ਅਤੇ ਦਿਨ ਬ ਦਿਨ ਜਿਵੇਂ ਜਿਵੇਂ ਤਰੱਕੀ ਕੀਤੀ ਹੈ ਨਾ ਦੁਨੀਆ, ਅਤੇ ਅਸਾਂ ਉਹਨੇ ਪਿੱਛਾ ਹਟ ਗਏ ਬਈ। ਹਰ ਕੋਈ ਆਉਂਦਾ ਨਾ ਦੁਨੀਆ ਚੰਨ 'ਤੇ ਅੱਪੜ ਗਈ ਹੈ, ਅਤੇ ਅਸਾਂ ਉਥਾਂ ਹੀ ਦੇ ਉਥਾਂ ਹੀ ਵਧਿਆ, ਬਲਕਿ ਹਰ ਚੀਜ਼ ਸਾਡੀ ਬੰਦ ਹੋ ਗਈ। ਲੋਕਾਂ ਨਾਲ ਜਦੀਦ ਟ੍ਰੇਨਾਂ ਬਣਾ ਲਈਆਂ, ਜਦੀਦ ਉਹਨਾਂ ਦੇ ਸਟੇਸ਼ਨ ਬਣ ਗਏ, ਮਗਰ ਸਾਡੇ ਉਹ ਬਾਂਹ ਜਾਣ 'ਤੇ ਉਹ ਚੀਜ਼। ਐਡਾ ਪਿਆਰਾ ਮਾਹੌਲ ਹੁੰਦਾ ਆ, ਕਿਤਨੀ ਸੀਨਰੀ ਖੂਬਸੂਰਤ ਹੁੰਦੀ ਹੈ ਜਿਹੜੇ ਇੱਥੇ ਬੰਦੇ ਬੰਦੇ ਹੋਵਣ ਹਾਂ, ਅਤੇ ਪਿਆਰੇ ਪਿਆਰੇ ਮਾਹੌਲ ਹੋਵਣ ਹਾਂ, ਤਾਂ ਕਿੱਡਾ ਅੱਛਾ ਲੱਗਦਾ ਹੈ। ਹੁਣ ਵੇਖੋ ਬਈ ਹਾਲਾਤ ਇਹ ਪਿਆ ਬਈ ਇੱਥੇ ਬੰਦਾ ਹੀ ਕੋਈ ਨਹੀਂ, ਜਿਹੜੇ ਕੋਈ ਦੋ ਤਰ੍ਹਾਂ ਮੁਲਾਜ਼ਮ ਅੰਦਰ ਬੈਠੇ, ਜਿਹੜੇ ਟ੍ਰੇਨ ਨਹੀਂ ਰੁਕਣੀ ਤਾਂ ਬੰਦੇ ਮੁੜ ਕੇ ਆਉਣਾ ਇੱਥੇ। ਹੁਣ ਮੈਂ ਥੋੜ੍ਹੇ ਜਿਹੇ ਅੰਦਰ ਜਾ ਫਿਰਨਾ, ਉੱਥੇ ਤੁਹਾਨੂੰ ਦਿਖਾਈਦਾ। ਵੇਖੋ ਨਾ ਇਹ ਬੈਟਰੀ ਰੂਮ ਹਾਈ, ਇੱਥੇ ਸਾਹ ਆਏ ਸਟੇਸ਼ਨ ਹਾਈ, ਟਿਕਟ ਘਰ ਹਾਈ, ਇਹ ਜਨਰੇਟਰ ਰੂਮ ਹਾਈ, ਯਾਨੀ ਕਿ ਸਾਰੇ ਮਾਹੌਲ ਹਨ ਪਿਆਰੇ ਪਿਆਰੇ। ਇੱਥੇ ਬਣਦੇ ਹਨ ਸਵਾਰੀਆਂ, ਇਹ ਟਿਕਟ ਘਰ ਹਾਈ, ਕਿਰਾਇਆ ਨਾਮਾ ਹਾਈ, ਆਹ ਵਜ਼ਨ ਕਰਨ ਵਾਲਾ ਹੁੰਦਾ ਇੱਥੇ, ਓਬਿਲਿਟੀ ਵਗੈਰਾ ਜਿਹੜੀ ਆਉਂਦੀ ਹੁੰਦੀ ਹੈ। ਆਵੋ ਤਾਂ ਹੁਣ ਨਾ ਚੋਣ ਟਾਈਮ ਹੋ ਗਿਆ, ਅਸਾਂ ਬੈਠੇ ਰਹੇ ਇੱਥੇ ਸਟੇਸ਼ਨ ਮੈਨੇਜਰ ਕੋਲ, ਅਤੇ ਉਹ ਦੱਸਿਆ ਪਿਆ ਬਈ ਇਹ ਜਿਹੜਾ ਨਾ 1903-1905 ਦੇ ਵਿੱਚ ਇਹ ਬਣਿਆ ਹੈ। ਇਹ ਬਣਨ ਤੋਂ ਬਾਅਦ ਨਾ ਫਿਰ ਉਹਲੇ ਇੱਥੇ ਨਿੱਕੀਆਂ ਨਿੱਕੀਆਂ ਝੋਪੜੀਆਂ ਹੁੰਦੀਆਂ ਹਨ, ਛੋਟੀਆਂ ਛੋਟੀਆਂ, ਯਾਨੀ ਕਿ ਜਿਹੜਾ ਨਾ ਝੋਪੜੇ ਜਿਵੇਂ ਹੁੰਦੇ ਝੋਪੜੀ ਨੁਮਾ ਕੁੱਲੀ ਨੁਮਾ, ਉਸ ਤਰ੍ਹਾਂ ਇਹ ਬਣਿਆ ਹੈ। ਉਦਾਹਰਨ ਦਾ ਸਟੇਸ਼ਨ ਅਤੇ ਉਹਲੇ ਜਿਹੜੀ ਆਮਦਨ ਹੁੰਦੀ ਹੈ ਨਾ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਤਾਂ ਵੇਖ ਲਓ ਤੁਹਾਡੇ ਸਾਹਮਣੇ ਯਾਰ, ਅੱਲਾ ਕਰੇ ਉਹ ਦੁਬਾਰਾ ਮਾਹੌਲ ਬਣ ਜਾਵੇ। ਅਤੇ ਉਹ ਬਾਈ ਉਹਦੇ ਦੱਸਿਆ ਤਾਂ ਪੁਰਾਣੇ ਨਾਲ ਗੱਲ ਹੋਈ ਆਈ, ਉਹ ਦੱਸਿਆ ਤਾਂ ਪਿਆ ਵੀ ਤਕਰੀਬਨ ਜਿਹੜੇ ਕਰਾਚੀ 'ਚ ਟ੍ਰੇਨ ਚੱਲਦੀ ਆਈ ਨਾ ਲਾਹੌਰ 'ਚ ਆਉਂਦੀ ਹਾਈ ਮਾਲ ਗੱਡੀ, ਅਤੇ ਉਹ ਤਕਰੀਬਨ 11 ਲੱਖ ਰੁਪਈਆ ਕਮਾਈਂਦੀ ਹਾਈ, 2001-2002 ਦੀ ਗੱਲ ਹੈ ਭਾਈ ਉਦਮ। ਅਤੇ ਹੁਣ ਤਾਂ ਯਾਰ ਅੱਲਾ ਮਾਫ ਕਰੇ, ਜਿਹੜੇ ਆ ਵੇਖ ਲਓ ਜਿਹੜੇ ਹਾਲਾਤ ਸਟੇਸ਼ਨਾਂ ਦੇ ਹੋਣ, ਕਾਸ਼ਾ ਹੀ ਕੋਈ ਨਹੀਂ, ਬੰਦਾ ਤਾਂ ਹੈ ਹੀ ਕੋਈ ਨਾ, ਆਹੇ ਕੁੱਤਾ ਆਇਆ ਖਲੋਤਾ ਇਹ ਇੱਥੇ ਆ, ਆਹੀ ਵਧੀਆ ਜਿਹੜਾ ਨਾ ਛਾਂ ਦੇ ਲੋਲੇ ਵਧੀਆ, ਮਸਜਿਦ ਖਲੋਤੀ ਹੈ, ਮਸਜਿਦ ਤੋਂ ਬਾਅਦ ਉਹ ਸਾਵਾ ਮੇਰੇ ਨਾਲ ਵਾਲਾ ਬੰਦਾ ਹੈ ਪਿਆ, ਬੜਾ ਯਾਨੀ ਕਿ ਮਾਹੌਲ ਬੜਾ ਪਿਆਰਾ ਹੈ। ਅੱਲਾ ਕਰੇ ਯਾਰ ਸਾਡੇ ਅੱਲਾ ਪਾਕ ਹੁਕਮਰਾਨਾਂ ਨੂੰ ਨਾ ਹਿਦਾਇਤ ਦੇਵੇ ਤਾਂ ਕਿ ਸਾਡੇ ਜਿਹੜੇ ਸਟੇਸ਼ਨ ਇਹਨਾਂ ਦੁਬਾਰਾ ਬਹਾਲ ਹੋ ਜਾਵੇ, ਤਾਂ ਕਿ ਦੁਬਾਰਾ ਫੰਡ ਜਾਰੀ ਕੀਤੇ ਜਾਣ, ਤਾਂ ਕਿ ਇੱਥੇ ਲੋਕਾਂ ਦੀ ਆਮਦ ਰਫਤ ਹੋਵੇ। ਵਿੱਚੋਂ ਇਹ ਨਾ 6 ਮਹੀਨੇ ਤਕਰੀਬਨ ਇਹ ਚੱਲਦਾ ਰਿਹਾ, 6 ਮਹੀਨੇ ਬਾਅਦ ਮੋੜ ਬੰਦ ਹੋ ਗਿਆ, ਪਤਾ ਨਹੀਂ ਯਾਰ ਕਿ ਸਿਰਫ
ਟ੍ਰੇਨ ਦਾ ਨਾ ਇੱਥੇ ਕਿਰਾਇਆ ਨਾ ਪੂਰਾ ਹੁੰਦਾ, ਯਾਨੀ ਕਿ ਆਉਂਦੇ ਹੁਣ 25,000 ਰੁਪਇਆ ਹੁੰਦਾ ਨਾ ਆਉਂਦਾ ਨਾ, ਤਾਂ ਮੋੜ 'ਤੇ ਹੈ ਚੱਲਣਾ ਰੋਲਾ, ਇਤਨੀ ਸਵਾਰੀ ਕਾਇ ਨਹੀਂ ਪੈਂਦੀ ਇਸ ਵਜ੍ਹਾ ਤੋਂ। ਅਤੇ ਇਹ ਸ਼ਹਿਰ ਵੀ ਸਾਡੇ ਨਾਲ ਮੌਜੂਦ ਹਨ, ਅਤੇ ਇਹਨਾਂ ਕੋਲ ਪੁੱਛਣਾ ਜੀ ਸਰ ਕੀ ਹਾਲ ਹਨ, ਖੈਰੀਅਤ ਭਾਈ? ਅੱਛਾ ਇਹ ਸੁਣਾਓ ਕਿਵੇਂ ਲੱਗਾ ਤੁਹਾਨੂੰ ਇੱਥੇ ਆ ਤੇ ਸਟੇਸ਼ਨ 'ਤੇ ਕਿਵੇਂ ਫੀਲ ਕਰ ਰਹੇ ਹੋ? ਸਟੇਸ਼ਨ 'ਤੇ ਤਾਂ ਅੱਛਾ ਫੀਲ ਕਰ ਰਹੇ ਹਾਂ, ਲੇਕਿਨ ਬਦਕਿਸਮਤ ਨਾਲ ਸਟੇਸ਼ਨ ਕੇ ਜੀ ਸਟੇਸ਼ਨ 'ਤੇ ਅੱਛਾ ਫੀਲ ਕਰ ਰਹੇ ਹਾਂ। ਅੱਛਾ, ਲੇਕਿਨ ਬਦਕਿਸਮਤ ਇਹ ਹੈ ਕਿ ਇੱਥੇ ਟ੍ਰੇਨਾਂ ਦਾ ਜਿਹੜਾ ਇਨ ਆਊਟ ਹੈ ਉਹ ਰੁਕਣਾ ਯਾਨੀ ਬੰਦ ਹੈ। ਅੱਛਾ, ਥੋੜ੍ਹਾ ਜਿਹਾ ਉੱਚਾ ਵੀ ਗੱਲ ਕਰੋ। ਅੱਛਾ, ਉਹ ਇੱਥੇ ਨਾ ਮਤਲਬ ਉਤਰ ਸਕਦੇ ਨਾ ਚੜ੍ਹ ਸਕਦੇ ਨੇ? ਹਾਂ, ਉਹ ਅੱਤੇ 6 ਮਹੀਨੇ ਕਹਿ ਰਹੇ ਨੇ ਸਟੇਸ਼ਨ ਵਾਲੇ, 6 ਮਹੀਨੇ ਇੱਥੇ ਚੱਲਦੀ ਰਹੀ ਟ੍ਰੇਨ। ਅੱਛਾ, ਲੇਕਿਨ ਉਹਨਾਂ ਦੀ ਨਾ ਉਹ ਇਨਕਮ ਜਿਹੜੀ ਮਿਲਦੀ ਰਿਕਮੈਂਡੇਸ਼ਨ ਹੈ ਪੂਰੀ ਨਹੀਂ ਹੋਈ। ਓਹੋ, ਅੱਛਾ ਵੀਰ ਤਾਂ ਇਹ ਭਾਈ ਹੋਰਾਂ ਨਾਲ ਗੱਲ ਹੋਈ ਉਹ ਦਸਿੰਦ ਭੈਣ, ਬਈ 6 ਮਹੀਨੇ ਇੱਥੇ ਟ੍ਰੇਨ ਅੱਗੇ ਚੱਲੀ ਹੈ ਅਤੇ ਇਹਨਾਂ ਦੀ ਜਿਹੜੀ ਹੈ ਨਾ ਉਹ ਇਨਕਮ ਉਤਨੀ ਹੋ ਨਹੀਂ ਹੋਈ ਜਿਤਨੀ ਹੋਣੀ ਚਾਹੀਦੀ ਹੈ, ਅਤੇ ਇਸ ਵਜ੍ਹਾ ਮੁੜ ਬੰਦ ਹੋ ਗਈ ਟ੍ਰੇਨ। ਅਤੇ ਯਾਰ ਅੱਲਾ ਪਾਕ ਕਰੇ ਖੈਰ, ਜਿਹੜਾ ਨਾ ਇਹ ਦੁਬਾਰਾ ਚੱਲ ਜਾਣ ਯਾਰ, ਸਾਡੀ ਤਾਂ ਦੁਆ ਹੈ ਭਾਈ ਬਈ ਜਿਹੜਾ ਨਾ ਇਹ ਕਿਵੇਂ ਚੱਲਣ, ਤਾਂ ਕਿ ਮੁੜ ਜਿਹੜਾ ਨਾ ਇੱਥੇ ਲੋਕਾਂ ਦੀ ਆਮਦ ਰਾਬਤ ਹੋਵੇ, ਲੋਕਾਂ ਦਾ ਆਉਣ ਜਾਉਣ ਹੋਵੇ। ਤੁਸੀਂ ਕੀ ਫੀਲ ਕਰਦੇ ਹੋ, ਕਿਆ ਆਇਆ ਕਿ ਦੁਬਾਰਾ ਚੱਲ ਸਕਦੇ ਨਹੀਂ? ਨਹੀਂ, ਕਿਉਂ ਨਹੀਂ ਚੱਲਸੀ, ਇਨਸ਼ਾਅੱਲਾ ਇਨਸ਼ਾਅੱਲਾ ਚੱਲਸੀ, ਇੱਥੇ ਦੁਨੀਆ ਕਾਇਮ ਹੈ। ਬਿਲਕੁਲ ਬਿਲਕੁਲ, ਇਹ ਬੜੀਆਂ ਬੜੀਆਂ ਨਾਲ ਆਬਾਦੀਆਂ ਹਨ ਪਈਆਂ, ਦਰਖਾਣ ਸ਼ਹਿਰ ਰਹੇ ਪਿਆ, ਯਾਨੀ ਕਿ ਕਾਫੀ ਲੋਕ ਹਨ। ਅਗਰ ਚੱਲਣਾ ਚੱਲ ਜਾਵੇ ਤਾਂ ਆਖਿਰ ਹਿੱਕ ਦੇ ਇਹਨਾਂ ਨੇ ਚੱਲ ਹੀ ਜਾਸੀ, ਅਤੇ ਇਹ ਖੂਬਸੂਰਤ ਟਰੈਕ ਵੀ ਮੌਜੂਦ ਹੈ। ਕਰਾਚੀ ਤੋਂ ਜਿਹੜੇ ਆ ਰਹੇ ਹਨ, ਪਿਸ਼ਾਵਰ ਤੋਂ ਆ ਰਹੇ ਹਨ, ਹਾਂਜੀ ਹਾਂਜੀ, ਬੂਹੇ ਦੇ ਉੱਤੇ ਆ ਰੁਕਣਾ ਅੱਛਾ ਵੇਵਰ ਤਾਂ ਇਨਸ਼ਾਅੱਲਾ ਇਸੇ ਦੇ ਨਾਲ ਹੀ ਤੁਸੀਂ ਦਿਓ ਸਾਨੂੰ ਇਜਾਜ਼ਤ, ਅੱਲਾ ਸਾਡੇ ਦੇਵੇ ਹੁਕਮਰਾਨਾਂ ਨੂੰ ਹਿਦਾਇਤ ਤਾਂ ਕਿ ਸਾਡਾ ਸਟੇਸ਼ਨ ਜਲਦੀ ਤੋਂ ਜਲਦੀ ਬਹਾਲ ਹੋ ਜਾਵੇ। ਤਾਂ ਉਮੀਦ ਕਰ ਛੋਟਾ ਜਿਹਾ ਵਿਲਾਗ ਤੁਹਾਨੂੰ ਪਸੰਦ ਆਇਆ ਸੀ, ਅਗਰ ਪਸੰਦ ਆ ਜਾਵੇ ਤਾਂ ਆਪਣਾ ਫੀਡਬੈਕ ਤੁਸੀਂ ਜ਼ਰੂਰ ਦੇਣਾ ਕਿ ਆਇਆ ਕਿ ਤੁਹਾਨੂੰ ਪਸੰਦ ਆਇਆ ਨਹੀਂ। ਇਹਦੇ ਨਾਲ ਹੀ ਤੁਸੀਂ ਸਾਡੀ ਮੈਨੂੰ ਇਜਾਜ਼ਤ, ਇਨਸ਼ਾਅੱਲਾ ਮਿਲਣੇ ਅਗਲੇ ਵਿਲਾਗ ਦੇ ਨਾਲ।